ਕੈਲੀਫੋਰਨੀਆ ਦੇ ਵਿੱਚ ਚਾਰ ਪੰਜਾਬੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜਦੋਂ ਉਸ ਦੀ ਖਬਰ ਉਹਨਾਂ ਦੇ ਪਿੰਡ ਪਹੁੰਚਦੀ ਹੈ, ਪਿੰਡ ਦੇ ਵਿੱਚ ਸੋਗ ਦੀ ਲਹਿਰ ਪੈ ਜਾਂਦੀ ਹੈ। ਤੁਹਾਨੂੰ ਪਿੰਡ ਭੋਗਪੁਰ ਦੇ ਵਿੱਚ ਪੈਂਦੇ ਜਗੀਰ ਪਿੰਡ ਦੀਆਂ ਦਿਖਾਉਂਦੇ, ਜਿੱਥੇ ਦੀ ਰਹਿਣ ਵਾਲੀ ਜਸਲੀਨ ਕੌਰ ਦੀਆਂ ਇਹ ਪਿੰਡ ਹੈਗਾ। ਜਸਲੀਨ ਕੌਰ ਅਤੇ ਉਹਦੇ ਪਤੀ ਜਿਹੜੇ ਹੈਗੇ ਜਸਦੀਪ ਸਿੰਘ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ 8 ਮਹੀਨੇ ਦੀ ਬੇਟੀ, ਇਹ ਚਾਰਾਂ ਨੂੰ ਇੱਕ ਗੋਰੇ ਵੱਲੋਂ ਕਿਡਨੈਪ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ। ਹੁਣ ਜਦੋਂ ਇਸਦੀ ਖਬਰ ਪਿੰਡ ਪਹੁੰਚਦੀ ਹੈ, ਜਸਲੀਨ ਕੌਰ ਦੇ ਘਰ ਪਹੁੰਚਦੀ ਹੈ, ਉਸ ਤੋਂ ਬਾਅਦ ਜਿਹੜੀ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਹੁੰਚ ਜਾਂਦੀ ਹੈ। ਹਰ ਵਿਅਕਤੀ ਪਰਿਵਾਰਕ ਸਦੱਸਿਆਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਦਾ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਸਲੀਨ ਕੌਰ 2021 ਦੇ ਵਿੱਚ ਕੈਲੀਫੋਰਨੀਆ ਗਈ ਸੀਗੀ, ਜਿੱਥੇ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ। ਕੈਲੀਫੋਰਨੀਆ ਦੇ ਵਿੱਚ ਚਾਰ ਪੰਜਾਬੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜਦੋਂ ਉਸ ਦੀ ਖਬਰ ਉਹਨਾਂ ਦੇ ਪਿੰਡ ਪਹੁੰਚਦੀ ਹੈ, ਪਿੰਡ ਦੇ ਵਿੱਚ ਸੋਗ ਦੀ ਲਹਿਰ ਪੈ ਜਾਂਦੀ ਹੈ। ਤੁਹਾਨੂੰ ਪਿੰਡ ਭੋਗਪੁਰ ਦੇ ਵਿੱਚ ਪੈਂਦੇ ਜਗੀਰ ਪਿੰਡ ਦੀਆਂ ਦਿਖਾਉਂਦੇ, ਜਿੱਥੇ ਦੀ ਰਹਿਣ ਵਾਲੀ ਜਸਲੀਨ ਕੌਰ ਦੀਆਂ ਇਹ ਪਿੰਡ ਹੈਗਾ। ਜਸਲੀਨ ਕੌਰ ਅਤੇ ਉਹਦੇ ਪਤੀ ਜਿਹੜੇ ਹੈਗੇ ਜਸਦੀਪ ਸਿੰਘ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ 8 ਮਹੀਨੇ ਦੀ ਬੇਟੀ, ਇਹ ਚਾਰਾਂ ਨੂੰ ਇੱਕ ਗੋਰੇ ਵੱਲੋਂ ਕਿਡਨੈਪ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ। ਹੁਣ ਜਦੋਂ ਇਸਦੀ ਖਬਰ ਪਿੰਡ ਪਹੁੰਚਦੀ ਹੈ, ਜਸਲੀਨ ਕੌਰ ਦੇ ਘਰ ਪਹੁੰਚਦੀ ਹੈ, ਉਸ ਤੋਂ ਬਾਅਦ ਜਿਹੜੀ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਹੁੰਚ ਜਾਂਦੀ ਹੈ। ਹਰ ਵਿਅਕਤੀ ਪਰਿਵਾਰਕ ਸਦੱਸਿਆਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਦਾ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਸਲੀਨ ਕੌਰ 2021 ਦੇ ਵਿੱਚ ਕੈਲੀਫੋਰਨੀਆ ਗਈ ਸੀਗੀ, ਜਿੱਥੇ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ। ਕੈਲੀਫੋਰਨੀਆ ਦੇ ਵਿੱਚ ਚਾਰ ਪੰਜਾਬੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜਦੋਂ ਉਸ ਦੀ ਖਬਰ ਉਹਨਾਂ ਦੇ ਪਿੰਡ ਪਹੁੰਚਦੀ ਹੈ, ਪਿੰਡ ਦੇ ਵਿੱਚ ਸੋਗ ਦੀ ਲਹਿਰ ਪੈ ਜਾਂਦੀ ਹੈ। ਤੁਹਾਨੂੰ ਪਿੰਡ ਭੋਗਪੁਰ ਦੇ ਵਿੱਚ ਪੈਂਦੇ ਜਗੀਰ ਪਿੰਡ ਦੀਆਂ ਦਿਖਾਉਂਦੇ, ਜਿੱਥੇ ਦੀ ਰਹਿਣ ਵਾਲੀ ਜਸਲੀਨ ਕੌਰ ਦੀਆਂ ਇਹ ਪਿੰਡ ਹੈਗਾ। ਜਸਲੀਨ ਕੌਰ ਅਤੇ ਉਹਦੇ ਪਤੀ ਜਿਹੜੇ ਹੈਗੇ ਜਸਦੀਪ ਸਿੰਘ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ 8 ਮਹੀਨੇ ਦੀ ਬੇਟੀ, ਇਹ ਚਾਰਾਂ ਨੂੰ ਇੱਕ ਗੋਰੇ ਵੱਲੋਂ ਕਿਡਨੈਪ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ। ਹੁਣ ਜਦੋਂ ਇਸਦੀ ਖਬਰ ਪਿੰਡ ਪਹੁੰਚਦੀ ਹੈ, ਜਸਲੀਨ ਕੌਰ ਦੇ ਘਰ ਪਹੁੰਚਦੀ ਹੈ, ਉਸ ਤੋਂ ਬਾਅਦ ਜਿਹੜੀ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਹੁੰਚ ਜਾਂਦੀ ਹੈ। ਹਰ ਵਿਅਕਤੀ ਪਰਿਵਾਰਕ ਸਦੱਸਿਆਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਦਾ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਸਲੀਨ ਕੌਰ 2021 ਦੇ ਵਿੱਚ ਕੈਲੀਫੋਰਨੀਆ ਗਈ ਸੀਗੀ, ਜਿੱਥੇ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ। ਕੈਮਰਾਮੈਨ ਜਤਿੰਦਰਨਾ, ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ, ਭੋਗਪੁਰ। ਗੁਰੂ ਸਮੀਰ ਜੀ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਆ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ। ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਆ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ 'ਚ ਅਣਬਣ, ਜਾਦੂ ਟੋਣਾ, ਮਨਮੋਹਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਸੋਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ। ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ। ਸੰਪਰਕ ਕਰੋ 9958635478।